खबर मलेरकोटला से 10 लाख की फिरौती मांगने वाले फर्जी पुलिसकर्मी को पुलिस ने किया गिरफ्तार। मलेरकोटला के जिला पुलिस मुखी मैडम सिमरत कौर आईपीएस ने एक प्रेस कॉन्फ्रेंस का आयोजन किया जिसमें उन्होंने विशेष जानकारी दी। एक हफ्ता पहला सिटी अहमदगढ़ एरिया विच एक किडनैपिंग का इंसीडेंट हुआ सीगा। इहदे विच विक्टिम सीगे हर्ष चुकलाल। ये अपने घर विच मौजूद सीगे 20 अप्रैल नूं जदों चार अनपछाते व्यक्ति इन्हां दे घर दाखिल हुंदे ने। इन्हां दे सारिआं दे फेस ते चार अनपछाते व्यक्तियों दे फेस ते मास्क सीगा। ये अपने आप नूं पुलिस मुलाजम दसदे ने ते हर्ष नूं अपने नाल लै जांदे ने। ਜਦੋਂ ਇਹ ਰਸਤੇ 'ਚ ਪਹੁੰਚਦੇ ਨੇ ਤਾਂ ਵਿਕਟਿਮ ਦੀ ਫੈਮਿਲੀ ਨੂੰ ਰੈਂਸਮ ਕਾਲ ਆਉਂਦੀ ਹੈ ਜਿਹਦੇ ਵਿੱਚ 10 ਲੱਖ ਦੀ ਫਿਰੌਤੀ ਮੰਗੀ ਜਾਂਦੀ ਹੈ। ਇਨ ਦ ਮੀਨ ਟਾਈਮ ਜਿਹੜੀ ਵਿਕਟਿਮ ਦੀ ਫੈਮਿਲੀ ਹੈ ਪੁਲਿਸ ਨੂੰ ਇਨਫੋਰਮ ਕਰ ਦਿੰਦੀ ਹੈ ਅਤੇ ਪੁਲਿਸ ਇਮੀਡੀਏਟਲੀ ਐਕਸ਼ਨ ਲੈਂਦੀ ਹੈ ਅਤੇ ਟੈਕਨੀਕਲੀ ਦੇਖ ਕੇ ਅਤੇ ਵਿਕਟਿਮ ਦੀ ਲੋਕੇਸ਼ਨ ਟਰੇਸ ਕਰ ਦਿੰਦੀ ਹੈ। ਇਨ ਦ ਮੀਨ ਟਾਈਮ ਜਿਹੜੇ ਕਿਡਨੈਪਰਸ ਹੈਗੇ ਆ ਉਹਨਾਂ ਨੂੰ ਇਸ ਗੱਲ ਦੀ ਖਬਰ ਲੱਗ ਜਾਂਦੀ ਹੈ ਕਿ ਪੁਲਿਸ ਪਾਰਟੀ ਜਿਹੜੀ ਹੈ ਉਹਨਾਂ ਨੂੰ ਫੋਲੋ ਕਰਦੀ ਹੈ ਅਤੇ ਉਹ ਵਿਕਟਿਮ ਨੂੰ ਦਾਣਾ ਮੰਡੀ ਖੰਨਾ ਜਿਹੜੇ ਨੇ ਡਰੋਪ ਕਰਕੇ ਚਲੇ ਜਾਂਦੇ ਨੇ ਜਿੱਥੋਂ ਪੁਲਿਸ ਪਾਰਟੀ ਜਾ ਕੇ ਰਿਕਵਰ ਕਰ ਲੈਂਦੀ ਹੈ ਵਿਕਟਿਮ ਨੂੰ। ਇਸ ਤੋਂ ਬਾਅਦ ਬਹੁਤ ਕੜੀ ਮਿਹਨਤ ਕਰਕੇ ਟੈਕਨੀਕਲੀ ਅਤੇ ਹਿਊਮਨ ਸੋਰਸ ਲਗਾ ਕੇ ਮਲੇਰਕੋਟਲਾ ਪੁਲਿਸ ਵੱਲੋਂ ਇਸ ਕੇਸ ਨੂੰ ਜਿਹੜਾ ਹੈ ਕ੍ਰੈਕ ਕਰ ਦਿੱਤਾ ਗਿਆ ਹੈ। ਇਹਦੇ ਵਿੱਚ 5 ਦੋਸ਼ੀ ਇਨਵੋਲਵ ਸੀਗੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ। ਇਹਨਾਂ ਦੇ ਨਾਮ ਹੈ ਨਬੀ ਆਲਮ, ਸਾਹਿਲ ਚਾਂਦ, ਜਗਜੀਤ ਸਿੰਘ ਐਂਡ ਅਨਵਰ। ਨਬੀ ਆਲਮ, ਸਾਹਿਲ ਚਾਂਦ, ਜਗਜੀਤ ਇਹ ਲੁਧਿਆਣਾ ਦੇ ਰੈਜੀਡੈਂਟ ਨੇ ਅਤੇ ਅਨਵਰ ਜਿਹੜਾ ਹੈ ਉਹ ਸਿਟੀ ਅਹਿਮਦਗੜ੍ਹ ਏਰੀਆ ਦਾ ਹੈ। ਇਹਦੇ ਵਿੱਚ ਜਿਹੜਾ ਵਾਰਦਾਤ ਦੌਰਾਨ ਜਿਹੜੀ ਕਾਰ ਯੂਜ ਹੋਈ ਸੀਗੀ ਉਸਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਹੋਂਡਾ ਅਮੇਜ਼ ਸਫੇਦ ਰੰਗ ਦੀ ਜਿੱਥੇ ਫੇਕ ਨੰਬਰ ਪਲੇਟ ਸੀਗਾ ਉਹ ਰਿਕਵਰ ਕਰ ਦਿੱਤੀ ਗਈ ਹੈ। ਬਾਕੀ ਮਾਮਲੇ ਦੀ ਤਫਤੀਸ਼ ਹਾਲੇ ਜਾਰੀ ਹੈ। ਜੇ ਕਿਸੇ ਹੋਰ ਦੀ ਵੀ ਸ਼ਮੂਲੀਅਤ ਇਸ ਵਿੱਚ ਸਾਹਮਣੇ ਆਏਗੀ ਤਾਂ ਉਸ 'ਤੇ ਵੀ ਕਾਰਵਾਈ